ਵਿਤ ਮੰਤਰੀ ਕ੍ਰਿਸਟਿਅਨ ਫ੍ਰੀਲੈਂਡ ਨੇ ਸੋਮਵਾਰ ਨੂੰ ਹਾਊਸਿੰਗ ਨੂੰ ਹੋਰ ਕਫਾਇਤੀ ਬਣਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਕੁਝ ਮਾਰਗੇਜ ਨਿਯਮਾਂ ਦੇ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹਾਊਸਿੰਗ ਇੱਕ ਨਾਜ਼ੁਕ ਸਿਆਸੀ ਮੁੱਦਾ ਹੈ ਜਿਸ ਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ ਉਹਨਾਂ ਦੀ ਲਿਬਰਲ ਸਰਕਾਰ ਦੇ ਲਈ ਮੁਸ਼ਕਲਾਂ ਵਧਾਈਆਂ ਹੋਈਆਂ ਨੇ ਫ੍ਰੀ ਲੈਂਡ ਨੇ ਕਿਹਾ ਹੈ ਕਿ ਸਰਕਾਰ ਬੀਮਾ ਯੁਕਤ ਮਾਰਗੇਜ ਤੇ ਕੈਪ ਨੂੰ ਡਾਲਰ 1 ਮਿਲੀਅਨ ਤੋਂ ਵਧਾ ਕੇ ਡਾਲਰ 1.5 ਮਿਲੀਅਨ ਕਰ ਰਹੀ ਹੈ ਜਿਸ ਦੇ ਨਾਲ ਹੁਣ ਵਦੇਰੇ ਲੋਕ 5% ਡਾਊਨ ਪੇਮੈਂਟ ਦੇ ਨਾਲ ਘਰ ਖਰੀਦਣ ਦੇ ਯੋਗ ਹੋ ਸਕਣਗੇ ਪਹਿਲਾਂ ਕੀ ਨਿਯਮ ਸੀ ਕਿ ਜਿਹੜੇ ਕੈਨੇਡੀਅਨਜ਼ ਘਰ ਦੀ ਕੀਮਤ ਦਾ ਘੱਟੋ-ਘੱਟ 5% ਡਾਊਨ ਪੇਮੈਂਟ ਨਹੀਂ ਕਰਦੇ ਉਹਨਾਂ ਨੂੰ ਮਾਰਗੇਜ ਬੀਮਾ ਲੈਣ ਦੀ ਲੋੜ ਹੁੰਦੀ ਹੈ ਪਰ ਇਹ ਬੀਮਾ ਸਿਰਫ ਡਾਲਰ 1 ਮਿਲੀਅਨ ਜਾਂ ਇਸ ਤੋਂ ਘੱਟ ਕੀਮਤ ਵਾਲੇ ਘਰਾਂ ਦੇ ਲਈ ਉਪਲਬਧ ਸੀ ਹੁਣ ਇਹ ਸੀਮਾ ਡਾਲਰ 1.5 ਮਿਲੀਅਨ ਹੈ ਇਸ ਤੋਂ ਇਲਾਵਾ ਘਰ ਖਰੀਦਣ ਵਾਲੇ ਲੋਕ 30 ਸਾਲਾਂ ਦੀ ਮਿਆਦ ਦੇ ਲਈ ਕਰਜ਼ਾ ਲੈਣ ਦੇ ਯੋਗ ਹੋਣਗੇ ਜੇਕਰ ਉਹ ਪਹਿਲੀ ਵਾਰ ਘਰ ਖਰੀਦ ਰਹੇ ਹੋਣ ਜਾਂ ਜੇਕਰ ਕੋਈ ਨਵਾਂ ਬਣਿਆ ਘਰ ਖਰੀਦ ਰਿਹਾ ਹੋਵੇ ਇਸ ਤੋਂ ਪਹਿਲਾਂ 30 ਸਾਲ ਦੀ ਜਿਹੜੀ ਐਮੋਰਟਾਈਜ਼ੇਸ਼ਨ ਦੀ ਮਿਆਦ ਹੈ ਉਨਾ ਪਹਿਲੀ ਵਾਰੀ ਕਾਰ ਖਰੀਦਣ ਵਾਲਿਆਂ ਤੱਕ ਹੀ ਸੀਮਿਤ ਸੀ ਜਿਹੜੇ ਨਵੇਂ ਕਾਰ ਖਰੀਦ ਰਹੇ ਹੋਣ ਚੋਣ ਸਰਵੇਖਣਾਂ ਦੇ ਵਿੱਚ ਟਰੂਡੋ ਦੀ ਲੋਕਪ੍ਰਿਅਤਾ ਲਗਾਤਾਰ ਢੇਠਾ ਵਾਲੀ ਹੈ ਜਿਸ ਬਾਰੇ ਮਾਹਰ ਅਤੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਅਜਿਹਾ ਮੁੱਖ ਤੌਰ ਦੇ ਉੱਤੇ ਲੱਖਾਂ ਲੋਕਾਂ ਦੇ ਮਹਿੰਗਾਈ ਦੇ ਨਾਲ ਸੰਘਰਸ਼ ਕਰਨ ਤੇ ਖਾਸ ਤੌਰ ਤੇ ਮਹਿੰਗੇ ਘਰਾਂ ਜਾਂ ਕਿਰਾਇਆਂ ਦੇ ਕਰਕੇ ਹੈ ਕੈਨੇਡਾ ਦੇ ਵਿੱਚ ਮੌਰਗੇਜ ਆਮ ਤੌਰ ਤੇ 25 ਸਾਲਾਂ ਦੇ ਲਈ ਹੁੰਦੀ ਹੈ ਤੇ ਇਸ ਦੀ ਦਰ ਹਰ 3 ਜਾਂ 5 ਸਾਲਾਂ ਦੇ ਵਿੱਚ ਰੀਸੈਟ ਹੁੰਦੀ ਹੈ ਅਮਰੀਕਾ ਦੇ ਵਿੱਚ ਹੋਮ ਆਨਰਜ਼ ਨੂੰ ਪੂਰੀ ਜ਼ਿੰਦਗੀ ਦੇ ਲਈ 15 ਸਾਲ ਜਾਂ 30 ਸਾਲ ਦੀ ਮਾਰਗੇਜ ਦੀ ਇੱਕ ਨਿਸ਼ਚਿਤ ਦਰ ਦਾ ਆਨੰਦ ਲੈਂਦੇ ਨੇ ਕੈਨੇਡੀਅਨ ਮਾਰਗੇਜ ਦੀ ਬੰਤਰ ਕਰਕੇ ਜ਼ਿਆਦਾਤਰ ਕਰਜ਼ਦਾਰ ਵਾਧੀਆਂ ਵਿਆਜ ਦਰਾਂ ਦਾ ਅਨੁਭਵ ਕਰਦੇ ਨੇ ਅਤੇ ਇਸ ਨੇ ਹਾਊਸਿੰਗ ਸੰਕਟ ਨੂੰ ਵਧਾਉਣ ਦੇ ਵਿੱਚ ਵੀ ਯੋਗਦਾਨ ਪਾਇਆ ਹੈ। 에어 ਕੈਨੇਡਾ ਤੇ ਇਸ ਦੇ ਹਜ਼ਾਰਾਂ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਦੁਆਰਾ ਇੱਕ ਲੇਬਰ ਸੌਦੇ ਦੇ ਉੱਤੇ ਗੱਲਬਾਤ ਕਰਨ ਤੇ ਦੇਸ਼ ਵਿਆਪੀ ਬੰਦ ਨੂੰ ਵਿਗੜਣ ਤੋਂ ਰੋਕਣ ਤੋਂ ਬਾਅਦ ਹੋਣ ਯਾਤਰੀਆਂ, ਕਾਰੋਬਾਰੀ ਸਮੂਹਾਂ ਤੇ ਸਿਆਸਤਦਾਨਾਂ ਨੇ ਰਾਹਤ ਦਾ ਪ੍ਰਗਟਾਵਾ ਕੀਤਾ। ਕੈਨੇਡਾ ਦੇ ਸਭ ਤੋਂ ਵੱਡੇ 에ਅਰ ਕੈਰੀਅਰ ਨੇ ਐਤਵਾਰ ਅੱਧੀ ਰਾਤ ਤੋਂ ਥੋੜੀ ਦੇਰ ਬਾਅਦ ਐਲਾਨ ਕੀਤਾ ਕਿ ਉਹ 에ਅਰਲਾਈਨ ਪਾਇਲਟ ਐਸੋਸੀਏਸ਼ਨ ਦੇ ਨਾਲ ਇੱਕ ਆਰਜ਼ੀ 4 ਸਾਲਾਂ ਦੇ ਸਮੂਹਿਕ ਸਮਝੌਤੇ ਦੇ ਉੱਤੇ ਪਹੁੰਚ ਗਏ ਨੇ 에ਅਰ ਕੈਨੇਡਾ ਹੁਣ ਮੁਸਾਫਰਾ ਨੂੰ ਹਵਾ ਦੇ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਸ ਦੇ ਸ਼ੁਰੂ ਤੋਂ ਪਹਿਲਾਂ ਬਹੁਤ ਕੰਮ ਰੁਕਿਆ ਹੋਇਆ ਹੈ ਕੈਰੀਅਰ ਦੇਸ਼ ਦੇ ਪਾਇਲਟ ਹਫਤੇ ਦੇ ਅੰਤ ਵਿੱਚ ਇੱਕ ਸਥਾਈ ਇਕਰਾਰਨਾਮੇ ਤੇ ਪਹੁੰਚੇ ਤੇ ਹੁਣ 에ਅਰਲਾਈਨ ਕੁਝ ਨਵੀਆਂ ਬੁਕਿੰਗਾਂ ਬੋਨਸ 에어로ਪਲੈਨ ਪੁਆਇੰਟਸ ਤੇ ਆਪਣੇ ਲਾਉਂਜ ਦੇ ਲਈ ਵਾਊਚਰ ਤੇ 25% ਦੀ ਛੋਟ ਦੀ ਪੇਸ਼ਕਸ਼ ਕਰ ਰਹੀ ਹੈ ਪਰ ਇੱਕ ਪ੍ਰਾਣ ਚਾਰੀ ਮਾਹਰ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਯਾਤਰੀਆਂ ਨੂੰ ਹਵਾ ਦੇ ਵਿੱਚ ਵਾਪਸ ਲੁਭਾਉਣ ਦੀ 에ਅਰ ਕੈਨੇਡਾ ਦੀ ਯੋਜਨਾ ਦਾ ਸਾਰਾ ਹਿੱਸਾ ਹੈ ਇਸ ਦਾ ਨੁਕਸਾਨ ਪਹਿਲਾਂ ਹੀ ਹੋ ਸਕਦਾ ਹੈ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਮਾਹਰ ਦਾ ਕਹਿਣਾ ਹੈ ਕਿ ਹਸਪਿਟੈਲਿਟੀ ਉਦਯੋਗ ਦੀਆਂ ਕੰਪਨੀਆਂ ਹੋਟੇਲ ਸਥਾਨ ਜੋ ਸਮੇਲਨਾਂ ਰੈਸਟੋਰੈਂਟਾਂ ਤੇ ਹੋਰਾਂ ਦੀ ਮੇਜ਼ਬਾਨੀ ਕਰਦੀਆਂ ਨੇ ਅਜੇ ਵੀ ਕੁਝ ਰੁਕਾਵਟਾਂ ਤੇ ਜਿਹੜੀਆਂ ਨੇ ਉਹ ਟਿਕੀਆਂ ਰਹਿਣ ਗਿਆ ਉਹਨਾਂ ਦੱਸਿਆ ਕਿ ਹੋਟਲ ਵਪਾਰਕ ਯਾਤਰੀਆਂ ਨੂੰ ਅਨੁਕੂਲਿਤ ਕਰਨ ਦੇ ਯੋਗ ਨਹੀਂ ਹਨ ਜੋ ਉਹਨਾਂ ਨੂੰ ਆਮ ਤੌਰ ਤੇ ਉਸੇ ਸਮੇਂ ਦੌਰਾਨ ਹੋਣਾ ਚਾਹੀਦਾ ਹੈ ਇਸ ਲਈ ਸਪਸ਼ਟ ਤੌਰ ਤੇ ਉਦਯੋਗ ਦੇ ਵਿੱਚ ਬਹੁਤ ਸਾਰਾ ਸਪਲਾਈਰਾਂ ਲਈ مالی ਦਾ ਵੀ ਨੁਕਸਾਨ ਹੋਵੇਗਾ ਕੈਨੇਡਾ ਦੇ ਸਭ ਤੋਂ ਵੱਡੇ 에ਅਰ ਕੈਰੀਅਰ ਨੇ ਅੱਧੀ ਰਾਤ ਤੋਂ ਥੋੜੀ ਦੇਰ ਬਾਅਦ ਐਲਾਨ ਕੀਤਾ ਕਿ ਉਹ 에ਅਰਲਾਈਨ ਪਾਇਲਟ ਐਸੋਸੀਏਸ਼ਨ ਦੇ ਨਾਲ ਇੱਕ ਅਰਜੀ 4 ਸਾਲਾਂ ਦੇ ਸਮੂਹਿਕ ਸਮਝੌਤੇ ਦੇ ਉੱਤੇ ਪਹੁੰਚੇ ਨੇ ਇਸ ਸਾਲ ਤੋਂ ਇੱਕ ਸਾਲ ਤੋਂ ਵੱਧ ਸਮੇਂ ਦੇ ਸਮਝੌਤੇ ਦੀ ਗੱਲਬਾਤ ਤੋਂ ਬਾਅਦ ਹੋਏ ਸੌਦੇ ਨੇ ਇਹ ਸੰਭਾਵਨਾ ਨੂੰ ਖਤਮ ਕਰ ਦਿੱਤਾ ਕਿ ਯੂਨੀਅਨ ਦੁਆਰਾ ਨੁਮਾਇੰਦਗੀ ਕਰਨ ਵਾਲੇ 5200 에ਅਰ ਕੈਨੇਡਾ ਦੇ ਪਾਇਲਟਾਂ ਨੂੰ ਬੰਦ ਕੀਤਾ ਜਾ ਸਕਦਾ ਹੈ ਜਾਂ ਨੌਕਰੀ ਛੱਡ ਦਿੱਤੀ ਜਾ ਸਕਦੀ ਹੈ ਛੋਟੀਆਂ ਕਮਿਊਨਿਟੀਆਂ ਤੇ ਇਸ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ 에ਅਰ ਕੈਨੇਡਾ ਜਿੰਨਾਂ ਮੰਜ਼ਲਾਂ ਲਈ ਉਡਾਨ ਭਰ ਰਹੀ ਹੈ ਖਾਸ ਕਰਕੇ ਉਹ ਮੰਜ਼ਲਾਂ ਜਿੱਥੇ 에ਅਰ ਕੈਨੇਡਾ ਮੁਖੜੀ ਹੈ ਉਹਨਾਂ ਹੋਟਲਾਂ ਬਾਰੇ ਵੀ ਸੋਚਿਆ ਜਾ ਰਿਹਾ ਜਿਨ੍ਹਾਂ ਨੂੰ ਵਪਾਰਕ ਤੌਰ ਤੇ ਕਾਰੋਬਾਰੀ ਯਾਤਰੀਆਂ ਦੀ ਉਡੀਕ ਰਹਿੰਦੀ ਹੈ ਖਾਸ ਕਰਕੇ ਇਹ ਸਥਿਤੀ ਹੋਣੀ ਸੀ ਜੇਕਰ ਕੰਮ ਰੁਕਿਆ ਹੁੰਦਾ ਵੀਰ ਨੂੰ 에어 ਕੈਨੇਡਾ ਨੇ ਇੱਕ ਮਹੱਤਵਪੂਰਨ ਹਵਾਈ ਵਿਗਨ ਤੋਂ ਬਚਣ ਲਈ ਫੈਡਰਲ ਸਰਕਾਰ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਸੀ 에어 ਕੈਨੇਡਾ ਦਾ ਸੰਚਾਲਨ ਰੁਕਣ ਤੇ ਪ੍ਰਤੀ ਦਿਨ 1,10,000 ਯਾਤਰੀ ਪ੍ਰਭਾਵਿਤ ਹੋਣਗੇ 에어ਲਾਈਨ ਦਾ ਕਹਿਣਾ ਹੈ ਕਿ ਕੁਝ ਸੇਵਾਵਾਂ ਜਿਵੇਂ ਕਿ ਕਾਰਗੋ ਤੇ ਵਕੇਸ਼ਨਸ ਪੈਕੇਜ ਪ੍ਰਭਾਵਿਤ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਕਿ 18 ਸਤੰਬਰ ਨੂੰ ਮੁਕੰਮਲ ਬੰਦ ਹੋ ਸਕਦਾ ਹੈ 에어ਲਾਈਨ ਅਤੇ ਪਾਇਲਟ ਐਤਵਾਰ ਤੋਂ ਹੜਤਾਲ ਜਾਂ ਤਾਲਾਬੰਦੀ ਜਾਂ 72 ਘੰਟੇ ਦਾ ਨੋਟਿਸ ਜਾਰੀ ਕਰਨ ਦੀ ਸਥਿਤੀ ਵਿੱਚ ਹੋਣਗੇ 에어ਲਾਈਨ ਦਾ ਕਹਿਣਾ ਹੈ ਕਿ ਯੂਨੀਅਨ ਗੈਰਵਾਜਬ ਤਨਖਾਹਾਂ ਦੀਆਂ ਮੰਗਾਂ ਤੇ ਅੜੀ ਹੋਈ ਹੈ ਯੂਨੀਅਨ ਦਾ ਕਹਿਣਾ ਹੈ ਕਿ ਕਾਰਪੋਰੇਟ ਲਾਲਚ ਗੱਲਬਾਤ ਵਿੱਚ ਅੜਿੱਕਾ ਹੈ ਕਿਉਂਕਿ 에어 ਕੈਨੇਡਾ ਆਪ ਰਿਕਾਰਡ ਮੁਨਾਫਾ ਕਮਾ ਰਹੀ ਹੈ ਪਰ ਪਾਇਲਟਾਂ ਨੂੰ ਮਾਰਕੀਟ ਤੋਂ ਘਾਟ ਮੁਆਵਜ਼ੇ ਨੂੰ ਸਵੀਕਾਰ ਕਰਨ ਦੀ ਉਮੀਦ ਹੈ ਦੱਸਦੇ ਕਿ ਇਸ ਸਬੰਧੀ ਟਰੂਡੋ ਨੇ ਵੀ ਕਿਹਾ ਸੀ ਕਿ ਲੇਬਰ ਵਿਵਾਦਾਂ ਦੇ ਉੱਤਮ ਹੱਲ ਗੱਲਬਾਤ ਦੀ ਟੇਬਲ ਤੇ ਹੁੰਦੇ ਨੇ ਤੇ ਉਹ ਉਮੀਦ ਕਰਦੇ ਨੇ ਕਿ ਦੋਵੇਂ ਧਿਰਾਂ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਗਿਆ। ਸੋ ਇਸ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਕੋਸ਼ਿਸ਼ਾਂ ਵੀ ਜੜੀਆਂ ਜਾ ਰਹੀ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਕਿਸੇ ਆਰਜੀ ਸਮਝੌਤੇ ਤੇ ਪਹੁੰਚ ਕੇ ਹੜਤਾਲ ਖਤਮ ਕੀਤੀ ਜਾਏਗੀ ਨਿਊਜ਼ ਟੈਸਟੂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ